संगरूर के सुनाम में पंजाब के फ्रीडम फाइटर के परिवारों ने पंजाब सरकार के खिलाफ प्रदर्शन शुरू कर दिया। आपको बता दें कि प्रदर्शनकारी अपनी मांगों को लेकर प्रदर्शन कर रहे हैं, जिनमें फ्रीडम फाइटर्स के परिवारों को नौकरियां में कोटा 1% से बढ़ाकर 5% करना और पेंशन के 5,000 प्रतिमाह देने की भी मांग अहम है। इसके अलावा प्रदर्शनकारियों की मांग है कि उन्हें बिजली की यूनिट के साथ साथ टोल प्लाजा और बस पास भी सहूलियत दी जाए। प्रदर्शनकारियों ने चेतावनी दी है कि जब तक सरकार उनकी मांगे नहीं मानती है तब तक उनका प्रदर्शन जारी रहेगा। ਸਾਨੂੰ 70 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ। ਮੰਗਾਂ ਸਾਰੀਆਂ ਲਿਖ ਕੇ ਦੇ ਚੁੱਕੇ ਹਾਂ ਅਸੀਂ ਸਾਰੇ ਐਮਐਲਏ ਨੂੰ, ਸਾਰੇ ਵਜ਼ੀਰਾਂ ਨੂੰ, ਪਰ ਅਜੇ ਤੱਕ ਕੋਈ ਸਾਡੀ ਮੰਗਾਂ 'ਤੇ ਅਮਲ ਨਹੀਂ ਹੋਇਆ। ਮੰਗਾਂ ਸਾਡੀਆਂ ਹੈਗੀਆਂ ਨੰਬਰ 1 ਤਾਂ ਵੀ ਜਿਹੜੀ 300 ਯੂਨਿਟ ਬਿਜਲੀ ਫਰੀਆਂ ਫਾਈਟਰਾਂ ਨੂੰ ਮਾਫ਼ ਕਰਤੀ ਹੈ ਉਹਨਾਂ ਦੇ ਵਾਰਸਾਂ ਨੂੰ ਕੀਤੀ ਜਾਵੇ, ਅਤੇ 5,000 ਰੁਪਇਆ ਸਾਡੀ ਪੈਨਸ਼ਨ ਲਾਈ ਜਾਵੇ, ਕਿਉਂਕਿ ਨੁਕਸਾਨ ਸਾਡਾ ਸੈਕਿੰਡ ਪੀੜ੍ਹੀ ਦਾ ਹੋਇਆ। ਬਜ਼ੁਰਗ ਕੁਰਬਾਨੀਆਂ ਕਰਦੇ ਮਰ ਗਏ, ਸਾਡਾ ਕੁਛ ਕਰ ਨਹੀਂ ਸਕੇ, ਨਾ ਸਾਨੂੰ ਪੜ੍ਹਾ ਸਕੇ, ਨਾ ਲਿਖਾ ਸਕੇ, ਨਾ ਸਾਡਾ ਕੋਈ ਕਾਰੋਬਾਰ ਕਰ ਸਕੇ। ਇਸ ਲਈ ਜਿਹੜੀ 5,000 ਪੈਨਸ਼ਨ ਸਾਨੂੰ ਲਾਈ ਜਾਵੇ। ਜਿਹੜਾ ਵੀ ਸਾਡਾ ਅੱਜ ਪ੍ਰੋਟੈਸਟ ਹੈ, ਇਹ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਬਹੁਤ।